100 ਸੈਕਿੰਡ ਦੇ ਲਈ ਤੇ $100 ਤੁਹਾਨੂੰ ਮਿਲੂਗਾ। ਚਾਗਣੀ ਪਾਉਣੀ ਮੈਂ ਚਪੇੜਾ ਮਾਰੂ ਮੂੰਹ ਦਾ ਰੱਖ ਰੱਖ ਕੇ ਕਰਦਾ ਕੀ ਆ ਬਾਂਦਰ ਮੂੰਹ ਆ ਜਿਹਾ। ਉੱਤੇ ਹੈਗਾ ਪੋਸਟ ਐਗ, ਬੜੀ ਸਵਾਦ ਆ ਹਲੂਮੀ। ਮੱਖੀ ਬੜੀ ਆ ਕਿਤੇ ਉਹ ਨਾ ਪਵਾਲੀ ਮਗਰ ਮੋਢੇ ਤਾਂ ਚੱਕੇ ਥੱਲੇ ਕਰ, ਮੋਢੇ ਥੱਲੇ ਕਰ ਚਾਲ ਇਹਦੀ ਦੇਖ ਕੇ ਤਾਂ ਗੱਗੂ ਗਿੱਲ ਵਾਲੀ ਚਾਲ ਆ ਇਹਦੀ। ਘੋੜਾ ਪਾਉਣਾ ਰਹਿ ਗਿਆ ਬੜੀ ਪਤਲੀ ਵਰਲਡ ਆ ਗਏ ਆ। ਸੁਖੀ ਉਹ ਪੀ ਲਿਆ ਨਾ ਤੂੰ ਸ਼ਰਬਤ ਪੀ ਲਿਆ ਨਾ ਵੱਡੇ ਹੋਣ ਵਾਲਾ। ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਲੈ ਤਾਂ ਇਹ ਦਰਖਤ ਜਿਹੜਾ ਆ ਪਾਣੀ ਦੇ ਵਿੱਚ ਆ। ਹੋ ਗਿਆ ਐਕਸੀਡੈਂਟ, ਆਪਾਂ ਤਾਂ ਲੈਣ ਦੇ ਅੰਦਰ ਪਾਰ ਕੇ ਆ। ਤੁਰ ਕੇ ਕੁਈਨਸ ਟਾਊਨ ਦੀਆਂ ਗਲੀਆਂ ਘੁੰਮੀਆਂ ਜਾ ਰਹੀਆਂ ਆ ਤੇ ਹੁਣ ਆਪਾਂ ਖਾਵਾਂਗੇ ਡਿਨਰ, ਭੁੱਖ ਲੱਗੀ ਸਾਰਿਆਂ ਨੂੰ। ਆਪਾਂ ਕਿੱਥੇ ਬੈਠੇ ਆ? ਰਾਜ ਰਾਜ ਇੰਡੀਅਨ ਰੈਸਟੋਰੈਂਟ। ਤਾਜ ਤਾਜ ਸਾਹਿਬ, ਰਾਜ ਨਹੀਂ ਤਾਜ। ਬਾਹਰ ਬੈਠੇ ਆ ਬੰਦੇ ਨੇ ਆਪਣਾ ਤਾਰਿਆਂ ਦੀ ਲੋਏ ਦਿੱਤੇ ਆਪਾਂ ਨੂੰ ਡਿਸਾਈਡ ਦੇਖਣ ਲੱਗ ਪਏ ਤੇ ਬੰਦੇ ਨੇ ਆਪਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ। ਮੂਸ਼ੇ ਬਹੁਤ ਅੱਛੀ ਦਿਖਾ ਮੜਾ ਓਏ ਭਾਜੀ ਦੀਆਂ ਮੱਛਾਂ ਦੇਖੋ ਚੈੱਕ ਕਰ। ਨੰਬਰ 1 ਨਹੀਂ ਨੰਬਰ 1 ਕਹਾਂ ਸੇ ਆ ਰਹੇ ਹੋ ਨਾ? ਦਿੱਲੀ ਸੇ ਦਿੱਲੀ ਸੇ। ਅਰੇ ਇਸਮੇ ਬਾਰ ਕੰਮ ਕਰਤੇ ਹੋ ਇਸਮੇ? ਜਿੱਦਾਂ ਤੂੰ ਕਰਨਾ ਉਦਾਂ ਕਰ ਲਾ। ਉਹਨੇ ਆਪਣੇ ਹੁਣ ਆਪਣੇ ਕੋਲ ਹੀ ਆਰਡਰ ਪਾਊਗਾ, ਸਾਨੂੰ ਨੀ ਪਤਾ ਉਹਨੇ ਕੀ ਆਰਡਰ ਕਰਨਾ। ਠੰਡ ਚ ਬੈਠੇ ਆ ਬਾਈ, ਅੰਦਰ ਬਿਠਾਓ। ਬਾਈ ਆਪਣਾ ਨਾਮ ਕਿਆ? ਰਾਹੁਲ ਸਰ। ਰਾਹੁਲ ਲਓ ਜੀ, ਇੱਥੇ ਬਾਬਾ ਮੇਲਾ ਲੱਗਾ ਹੋਇਆ। ਕਹਿੰਦੇ ਵੀ ਜਿਹੜੀ ਉਹ ਪਿਛਲੇ ਪਾਸੇ ਬਾਰ ਆ ਉਹਨੂੰ ਹੋਲਡ ਕਰੋ 100 ਸੈਕਿੰਡ ਦੇ ਲਈ ਤੇ $100 ਤੁਹਾਨੂੰ ਮਿਲੂਗਾ। $100 100 ਸੈਕਿੰਡ ਦੇ ਲਈ ਉਹਨੂੰ ਹੋਲਡ ਕਰਕੇ ਰੱਖਣਾ। ਲਓ ਜੀ, ਅਸੀਂ ਆਪਣੀ ਕੈਂਪਰ ਵੈਨ ਵਾਲੀ ਪਾਰਕਿੰਗ 'ਚ ਆ ਗਏ ਹਾਂ ਅਤੇ ਉਹ ਸਾਡੀ ਲੱਗੀ ਕੈਂਪਰ ਵੈਨ ਜਾ ਕੇ ਤਾਂ ਹੁਣ ਪੁੱਠੇ ਹੋ ਗਏ, ਜਾਣਾ ਸੌਂ। ਕੱਲ੍ਹ ਨੂੰ ਘੁੰਮਦੇ ਹਾਂ, ਮਿਲਦੇ ਹਾਂ। ਸੀ ਯੂ ਗਾਇਸ ਟੁਮੋਰੋ। ਅੱਖਾਂ ਲਾਲ ਹੋਈਆਂ ਹੋਈਆਂ, ਨੀਂਦ ਆਈ ਪਈ ਆ।
ਝੱਗ ਨੀ ਪਾਉਣੀ ਮੈਂ ਚਪੇੜਾ ਮਾਰੂ ਮੂੰਹ ਦਾ ਰੱਖ ਰੱਖ ਕੇ ਕਰਦਾ ਕੀ ਆ ਬਾਂਦਰ ਮੂੰਹ ਆ ਜਾ ਮੁੰਡੇ ਸਵੇਰੇ ਸਵੇਰੇ ਪਿਆਰ ਹੋ ਰਹੇ ਆ ਬਾਲਾ ਜਿੱਡੇ ਜੇ ਕਰ ਦਿੱਤੇ ਉਹਨੇ ਚਲੋ ਮੁੜਿਓ ਚਲੋ ਚਲੀਏ ਯਾਰ ਆਪਾਂ ਜਾ ਕਿੱਥੇ ਰਹੇ ਮੁੰਡੇ ਦੱਸੋ ਫਿਰ ਬ੍ਰੇਕਫਾਸਟ ਸਵੇਰੇ ਹੀ ਹੁੰਦਾ ਬ੍ਰੇਕਫਾਸਟ ਕਰਨ ਅੰਦਰ ਦੇਖੋ ਫਾਇਰ ਪਿੱਟ ਲੱਗਾ ਹੋਇਆ ਠੰਡ ਕਾਫੀ ਆ ਆਰਡਰ ਅਸੀਂ ਕਰਤਾ ਬੈਠੇ ਉਡੀਕ ਰਹੇ ਆ ਐਵਾਕਾਡੋ ਟੋਸਟ ਆ ਜੀ ਉੱਤੇ ਹੈਗਾ ਪੋਸਟ ਐਗ ਬੜੀ ਸਵਾਦ ਆ ਹਲੂਮੀ ਆ ਸਾਈਡ 'ਤੇ ਚੀਜ਼ ਡਿਸ਼ ਪੂਰੀ ਘੈਂਟਾ ਨਾਲ ਕੌਫੀ ਦੀ ਸਿਪ ਸਿਪ ਹੋਈ ਅਤੇ ਇੱਦਾਂ ਸਾਡਾ ਹੋਇਆ ਬ੍ਰੇਕਫਾਸਟ ਨੈਕਸਟ ਡੈਸਟੀਨੇਸ਼ਨ ਹੈਗੀ ਆ ਜੀ ਵੋਨਿਕਾ ਉਸ ਤੋਂ ਬਾਅਦ ਆਪਾਂ ਵਾਪਸ ਚੱਲ ਜਾਣਾ ਕ੍ਰਾਈਸਟਚਰਚ ਕ੍ਰਾਈਸਟਚਰਚ ਤੋਂ ਆਪਾਂ ਫਲਾਈ ਬੈਕ ਕਰਨਾ ਔਕਲੈਂਡ ਲਓ ਜੀ ਰਾਹ 'ਚ ਜਾਂਦੇ ਜਾਂਦੇ ਸਾਨੂੰ ਇੱਕ ਇਵੈਂਟ ਮਿਲ ਗਿਆ ਈਸਟਰ ਦਾ ਈਸਟਰ ਕਰਕੇ ਇਵੈਂਟ ਚੱਲਣ ਦਿਆ ਇੱਥੇ ਜਦੋਂ ਗੱਡੀ ਬੰਦ ਨਹੀਂ ਹੁੰਦੀ ਤੁਹਾਨੂੰ ਕਰਤਵ ਦਿਖਾਉਂਦੇ ਹਾਂ ਧੂੰਆਂ ਇੰਨਾ ਕੁ ਜ਼ਿਆਦਾ ਚੜ੍ਹ ਰਿਹਾ ਨਾ ਸਮੈਲ ਬਹੁਤ ਚੜ੍ਹ ਰਹੀ ਆ ਬਹੁਤ ਚੈੱਕ ਕਰੋ ਹਵਾ ਬਹੁਤ ਹੁੰਦੀ ਹੈ ਬਈ ਖਿਆਰੀ ਸਾਰੀ ਭੱਜੀ ਜਾਂਦੀ ਹੁਣ ਦੇਖਣ ਵੀ ਉੜਦਾ ਦੇਖ ਲਈ ਉਹ ਲੋਕ ਪਹਾੜੀਆਂ 'ਤੇ ਚੜ੍ਹ ਚੜ੍ਹ ਕੇ ਬੈਠੇ ਆ ਦੇਖ ਲਓ ਏਦਾਂ ਕੋਈ ਵਾਓ ਨਹੀਂ ਹੈ ਹੁਣ ਲਿਖ ਕੇ ਲਓ ਵਿੱਚ ਦੀ ਨਾਂ ਨੂੰ ਕੱਢ ਕੇ ਗੈਵੀ ਹੁਣੀ ਐਂਜਟ ਲੈ ਦਿਓ ਇੱਕ ਵਾਰੀ ਨਹੀਂ ਬਈ ਯਾਰ ਗੱਲਬਾਤ ਹੈ ਧੂੰਆਂ ਛੱਡਦੇ ਕਿੱਦਾਂ
ਪਠਾਨਕੋਟ ਤੋਂ ਵੀ ਜਿਆਦਾ ਵੱਡੇ ਵੱਡੇ ਜਹਾਜ਼ ਏਅਰਫੋਰਸ ਦੇ ਨਾਲ ਘਰ ਜਾ ਸਕਿਓ ਕਹਿੰਦਾ ਹੁਣ ਪਠਾਨਕੋਟ ਚੱਲ ਜਾਈਏ ਹਮਲਾ ਹੋ ਗਿਆ ਥੱਲੇ ਬੰਦੇ ਕਿੱਥੇ ਲੱਗਾ ਸਿਲੰਡਰ ਦਾ ਦੀਦਾ ਨਹੀਂ ਲੱਗਾ ਮੈਨੂੰ ਸੁੱਖੀ ਨੂੰ ਪਤਾ ਹੋਣਾ ਸੁੱਖੀ ਕਿੱਥੇ ਕਿੱਥੇ ਲੱਗਾ ਸੁੱਖੀ ਦੱਸ ਚੱਲ ਸਾਨੂੰ ਨੌਲੇਜ ਹੀ ਦੇ ਦੇ ਤੁਹਾਨੂੰ ਯਾਰ ਲੱਗਦਾ ਮਜ਼ਾਕ ਕੋਈ ਇੰਨੀ ਵੱਡੀ ਗੱਲ ਹੈ ਨਹੀਂ ਹੁੰਦਾ ਏਡੀ ਵੱਡੀ ਗੱਲ ਨਹੀਂ ਕੋਈ ਹੈ ਚਲਾ ਲੈਣਾ ਹਾਂ ਤੂੰ ਤਾਂ ਫਿਰ ਹੈ ਕੀ ਚਲਾ ਜਾ ਆਏ ਚਲਾਉਂਦੇ ਰਹੇ ਹਾਏ ਛੋਟਾ ਹੁੰਦਾ ਹੁਣ ਵੱਡਾ ਤਾਂ ਰਿਹਾ ਨਹੀਂ ਹੋਇਆ ਖਾ ਕੇ ਖਾ ਕਿੱਦਾਂ ਕਰ ਲਾ ਵੋਨਕਾ ਪਹੁੰਚ ਗਿਆ ਜੀ ਵੋਨਕਾ ਦੇ ਵਿੱਚ ਸਭ ਤੋਂ ਫੇਮਸ ਚੀਜ਼ ਹੈ ਜਿਹੜੀ ਉਹ ਤੁਹਾਨੂੰ ਐਂਡ 'ਚ ਦਿਖਾਉਣੀ ਹੈ ਪਹਿਲਾਂ ਆਪਾਂ ਜਾਵਾਂਗੇ ਜੀ ਲੈਵੈਂਡਰ ਫਾਰਮ ਲੈਵੈਂਡਰ ਫਾਰਮ ਤੋਂ ਬਾਅਦ ਆਪਾਂ ਜਾਣਾ ਪਜ਼ਲ ਵਰਲਡ ਫਿਰ ਜਿਹੜੀ ਸਭ ਤੋਂ ਜਿਹੜੀ ਫੇਮਸ ਚੀਜ਼ ਆ ਇੱਥੇ ਵੋਨਕਾ ਦਾ ਜਿਹੜੇ ਲੋਕ ਟੂਰਿਸਟ ਆਉਂਦੇ ਆ ਉਹ ਦਿਖਾ ਕੇ ਲਿਆਵਾਂਗੇ ਆਹ ਹੈਗਾ ਜੀ ਲੈਵੈਂਡਰ ਫਾਰਮ ਸਭ ਤੋਂ ਪਹਿਲਾਂ ਵੜਦਿਆਂ ਲੈਵੈਂਡਰ ਦੀ ਸ਼ੋਪ ਆ ਆਉਂਦੇ ਵੜਦਿਆਂ ਹੀ ਸੁਗੰਧ ਆਉਂਦੀ ਆ ਲਵੈਂਡਰ ਦੀ ਚਾਰ ਚਪੇਰੇ ਵੱਖਰੇ ਵੱਖਰੀਆਂ ਚੀਜ਼ਾਂ ਲੱਗੀਆਂ ਲਵੈਂਡਰ ਦੀਆਂ ਜਿੱਦਾਂ ਕਰੀਮ ਮੋਇਸਚਰਾਈਜ਼ਰ ਅੱਖ 'ਚ ਪਾਉਣ ਵਾਲਾ ਨੱਕ 'ਚ ਪਾਉਣ ਵਾਲਾ ਵਾਲਾਂ 'ਚ ਲਾਉਣ ਵਾਲਾ ਸਭ ਕੁਛ ਹੀ ਪਿਆ ਸ਼ੈਂਪੂ ਵਗੈਰਾ ਸਭ ਕੁਛ ਇਹ ਦੇਖ ਲਾ ਵੀ ਅੱਛਾ ਜਿਹੜਾ ਇਹ ਬਾਅਦ ਚ ਲਾਇਆ ਹੋਣਾ ਨਾ ਆਹ ਜਿਹੜਾ ਪਿਛਲੇ ਵਾਲਾ ਇਹ ਤਾਂ ਇਹਦਾ ਫਰਕ ਆ ਰੰਗ ਦਾ ਮੋਰਲਾ ਵੱਢ ਲਿਆ ਉਹ ਜਿਹੜਾ ਗੇਟ ਲੱਗਾ ਉੱਥੇ ਆਉਣੀ ਅਸਲੀ ਫੋਟੋ ਵਧੀਆ ਅੱਛਾ ਦੇਖ ਲਾ ਇਹਨਾਂ ਦੇ ਨਾਮ ਆ ਰਹੇ ਹਨਾ ਪੈਸੀਫਿਕ ਬਲੂ ਇੱਕ ਇੰਗਲਿਸ਼ ਲੈਵੈਂਡਰ ਆ ਸਾਰੇ ਜਿੱਦਾਂ ਵੱਖਰੇ ਵੱਖਰੇ ਲੈਵੈਂਡਰ ਆਉਣੇ ਇਹਨਾਂ ਤੋਂ ਲਾਏ ਹੋਏ ਤਾਂ ਹੀ ਦੇਖ ਲਾ ਕਈ ਆ ਜਿਹੜੇ ਪਛੇਤੇ ਲਾਏ ਹੋਣੇ ਆ ਗੇਤੇ ਆ ਪਹਿਲਾਂ ਵੱਢ ਵੁੱਢ ਲਾਏ ਉਹ ਹੁਣ ਪਹਿਲਾਂ ਜਿਹੜੇ ਉਹ ਪਛੇਤੇ ਲਾਏ ਆ ਤਾਂ ਕਰਕੇ ਤੱਕ ਹਜੇ ਵੀ ਹਾਂ ਲੈਵੈਂਡਰ ਫਾਰਮ ਨਹੀਂ ਲੈਵੈਂਡਰ ਫਲਾਵਰ ਹਾਂ ਪਰਪਲ ਆ ਹਾਂ ਹੁੰਦੇ ਹੀ ਕਲਰ ਦੇ ਇਹ ਤਾਂ ਦੱਸ ਮੈਨੂੰ ਇੰਨੀਆਂ ਫੋਟੋਆਂ ਪਾਉਂਗਾ ਕਿੱਥੇ ਯਾਰ ਦਿਹਾੜੀ ਦੀ ਇੱਕ ਫੋਟੋ ਵੀ ਪਾਉਣ ਲੱਗਾ ਦਿਹਾੜੀ ਦੀ ਇੱਕ ਫੋਟੋ ਵੀ ਪਾਉਣ ਲੱਗਾ ਤੇਰੇ ਦੋ ਸਾਲ ਨਹੀਂ ਪੂਰੇ ਹੋਣੇ ਮੁੜ ਕੇ ਆਣਾ ਨਹੀਂ ਤੇ ਪਤਾ ਨਹੀਂ ਕਦੋਂ ਆਣਾ ਕਿੰਨੇ ਫੋਨ 'ਚ ਫੋਟੋ ਮੈਂ ਦੱਸ ਪਹਿਲਾਂ ਤੇਰੇ
ਹੈਰ ਕਾ ਲਾ ਗਏ ਕਿੰਨਵੀਂ ਰੋਜ਼ ਹੀ ਖਲੋਵਾ ਮੇਰੇ ਆਹ ਚ ਖਲੋ ਆਹ ਚਾਹ ਵਾਲੀ ਚ ਆਹ ਚ ਖਾ ਉਹ ਮੱਖੀ ਬੜੀ ਹੈ ਕਿਤੇ ਉਹ ਨਾ ਪਵਾਲੀ ਮਗਰ ਅੱਖਾਂ ਸਜਾ ਕੇ ਹੈਨੀ ਹੈਗੀ ਆ ਸੱਚੀ ਹੈਗੀ ਆ ਆਹੋ ਆਹ ਦੇ ਭਰੀ ਪਈ ਹੈ ਮੱਖੀਆਂ ਨਾਲ ਫਿਰ ਕੀ ਹੈ ਤੂੰ ਵੀ ਲੜ ਪਈ ਅੱਗੇ ਮੈਂ ਕਹੂੰਗਾ ਮੈਂ ਵੀ ਲੜਾਕਾ ਆ ਘਰਦੇ ਨੇ ਮੈਨੂੰ ਲੜਾਕਾ ਲੜਾਕਾ ਕਹਿੰਦੇ ਹੁੰਦੇ ਸੀ ਉਹ ਮਰ ਜਾਂਦੀ ਆ ਡੰਗ ਮਾਰ ਕੇ ਆ ਦੇ ਹੱਥ ਮਾਰੀ ਹੱਥ ਮਾਰੀ ਮੋਢੇ ਤਾਂ ਚੱਕੇ ਥੱਲੇ ਕਰ ਮੋਢੇ ਥੱਲੇ ਕਰ ਮੋਢੇ ਥੱਲੇ ਕਰ ਦੇਖ ਲਾ ਉਹਨਾਂ ਨੂੰ ਕੋਈ ਹੈ ਪ੍ਰਵਾਹ ਦੇਖ ਲਾ ਤੂੰ ਐਵੇਂ ਡਰੀ ਜਾਂਦਾ ਪਹਿਲਾਂ ਮੋਢੇ ਦੇ ਫੇਰ ਥੱਲੇ ਸੱਟ ਮੋਢੇ ਚੱਲ ਯਾਰ 3 2 1 ਮੈਂ ਵੀਡੀਓ ਦੇ ਨਾਲ ਨਾਲ ਫੋਟੋ ਖਿੱਚੀ ਜਾਣੀ ਆ ਹੁਣ ਦਿਖਾ ਵੀ ਦੇ ਹੁਣ ਫੋਟੋ ਮੈਂ ਖਿਚਾਉਣ ਲੈ ਕੇ ਆਇਆ ਇਹਨਾਂ ਨੂੰ $15 ਦੀਆਂ ਫੋਟੋ ਦੇ ਐਂਡ ਰਿਜ਼ਲਟ ਵਧੀਆ ਆਇਆ ਉੱਥੇ ਬੈਠਾ ਹੋਰ ਤਰ੍ਹਾਂ ਲਾਦਾ ਹੀ ਦਾ ਹੁਣ ਸਾਰਿਆਂ ਨੇ ਦੇਖੀ ਹੋਣਾ ਸਾਰੇ ਖਿਚਾਉਣੇ ਐਂਡ ਰਿਜ਼ਲਟ ਮੈਨੂੰ ਵਧੀਆ ਲੱਗਾ ਵੈਸੇ ਤੇਰਾ ਬੈਠਾ ਨੀ ਗਾ ਖੜਾ ਹੀ ਆਹੋ ਲੱਗਦਾ ਬੈਠਾ ਉਹ ਸਾਲਾ ਮੈਨੂੰ ਭੁੱਲ ਗਏ 3 ਯਾਰ ਨੂੰ ਆਮ ਕਮਿੰਗ ਇਸ ਵਾਰ 2 ਯਾਰ ਹੀ ਆ ਤੇਰਾ ਡਾਲੇ ਸੁਣ ਲੋ ਉਹਨੂੰ ਪਹਿਲਾਂ ਬਿਹਾਰੀ ਕਹਿੰਦਾ ਆਪ ਦੇ ਹੁਣ ਕਚਾਉਣ ਦੇ ਬਿਹਾਰ ਸੇ ਹੈ ਬੀਚੋ ਬੀਚ ਇਸਕੇ ਦਰਵਾਜ਼ਾ ਹੈ ਇਹ ਜੋ ਦਰਵਾਜ਼ਾ ਹੈ ਇਹ ਸੀਧਾ ਅੰਤਰਿਕਸ਼ ਮੇਂ ਜਾਤਾ ਹੈ ਜੋ ਅੰਤਰਿਕਸ਼ ਮੇਂ ਇੱਕ ਇਹ ਵਾਹਨ ਹੈ ਜੋ ਅੰਤਰਿਕਸ਼ ਮੇਂ ਲੈ ਜਾਤਾ ਹੈ ਪਿਛਲਾ ਵਧੀਆ ਆ ਗਿਆ ਵੀਡੀਓ ਖਰਾਬ ਚੱਲ ਚੱਲ ਬੁਲਾਲਾ ਬੁਲਾਲਾ ਚੱਲ ਚੱਲ ਲੈ ਇਹ ਤਿਆਰ ਹੋਊ ਪੂਰਾ ਚਾਲ ਇਹਦੀ ਦੇਖ ਕੇ ਤਾਂ ਗੱਗੂ ਗਿੱਲ ਵਾਲੀ ਚਾਲ ਆ ਇਹਦੀ ਹੈ ਛਾਤੀ ਦੇਖਦਾ ਇਹਦੀ ਮੱਖਣ ਵਾਲੀ ਦੇਖਦਾ ਕਿੱਡਾ ਰਾਜੀ ਹੋਇਆ ਖਾ ਖਾ ਕੇ ਪਰੌਂਠੇ ਔਰ ਗੁੱਡ ਗਾਇਸ ਔਰ ਗੁੱਡ ਯੂ ਗਾਇਸ ਕੈਨ ਗੋ ਓਏ ਮੈਨੂੰ ਐਨ ਕਾ ਦੇ ਹੁਣ ਚੱਲ ਓਏ ਆ ਘੋੜਾ ਪੋਣਾ ਰਹਿ ਗਿਆ ਦੇਖੀ ਤੂੰ ਦੀ ਹਾਈਟ ਹੋਰ ਆਇਆ 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 ਹੋ ਜਾ ਮੈਂ ਪਤਾ ਜਾ ਮੇਰੇ ਕੋਲ ਆਉਂਦਾ ਤੇਰੇ ਕੋਲ ਨਹੀਂ ਆਉਂਦਾ ਆ ਜਾਂਦਾ ਹੀ ਆ ਜਾਣਾ ਹੀ ਤੁਹਾਡਾ ਹੈ ਪੂਲਾ ਹੈ ਹੈ ਉਹ ਬੜਾ ਘਟਾ ਨਿਕਲਿਆ ਵਿੱਚ
ਲਓ ਜੀ ਪਜ਼ਲਿੰਗ ਵਰਲਡ ਆ ਗਏ ਆ। ਬਿਲਡਿੰਗ ਡਿੱਗਣ ਲੱਗੀ ਆ ਤੇ ਕੁੜੀ ਵੱਜਣ ਲੱਗੀ। ਕੀ ਕਹਿਤਾ ਮੈਂ, ਕੀ ਕਹਿ ਛੱਡਿਆ ਮੈਂ, ਸਮਝੋ ਮੇਰੀ ਜਜ਼ਬਾਤਾਂ ਨੂੰ। ਹੱਥ ਦੇ ਉੱਤੇ ਸਟੈਂਪ ਲਾ ਦਿੱਤੀ ਜਿੰਨਾ ਆਪਾਂ ਨੂੰ ਐਂਟਰੀ ਮਿਲ ਗਈ ਆ, ਅਤੇ ਟਿਕਟ ਇਹਦੀ ਹੈਗੀ ਆ ਜੀ $28 ਦੀ। ਤਾਂ ਅੰਦਰ ਵੜਦਿਆਂ ਨੂੰ ਦੇਖੋ ਇਹਨਾਂ ਨੇ ਪਹਿਲਾਂ ਬਿੰਦੀਆਂ ਜੀਆਂ ਨਾਲ ਫੋਟੋਆਂ ਜੀਆਂ ਬਣਾਈਆਂ ਹੋਈਆਂ ਆ, ਘੋੜੇ ਅਤੇ ਇੱਕ ਪਾਸੇ ਘੋੜਾ ਆ, ਇੱਕ ਪਾਸੇ ਕੋਈ ਮੱਝ ਆ, ਇੱਕ ਪਾਸੇ ਭੇਡ ਆ ਗਈ, ਡੀਅਰ ਆ ਗਿਆ। 15 ਡਿਗਰੀ ਦਾ ਐਂਗਲ ਆ ਇਹ, ਆਪਾਂ ਟੇਢੇ ਖੜ ਸਕਦੇ, ਪੂਰਾ ਪੂਰਾ ਟੇਢਾ ਖੜ ਸਕਦੇ ਆ। ਬੋਲ ਦੇਖੋ, ਬੋਲ ਉੱਪਰ ਕਿੱਦਾਂ ਆਉਂਦੀ ਹੈ ਇਹ ਦੇਖੋ, ਹੁਣ ਸਾਰਾ ਕੁਝ ਟੇਢਾ ਆ। ਦੇਖੋ ਐਂਗਲ ਹੀ ਇਸ ਤਰੀਕੇ ਨਾਲ ਬਣਾਇਆ, ਆਹ ਥੱਲੇ ਨੂੰ ਐਂਗਲ ਆ, ਇਹਦਾ ਇਹਦਾ ਉੱਪਰ ਨੂੰ ਐਂਗਲ ਆ। ਬੋਲ ਫਿਰ ਵੀ ਇੱਥੇ ਆ ਜਾਂਦੀ ਦੇਖਿਓ, ਹਾਂਜੀ ਹਾਂਜੀ, ਫਿਰ ਵਾਪਸ ਆਉਂਦੀ ਆ ਉਹਦੇ। ਹੈ ਗੱਲਬਾਤ ਕਿ ਨਹੀਂ, ਸਾਇੰਸ ਆ ਨਾ, ਜਿੱਧਰੋਂ ਮਰਜ਼ੀ ਐਂਗਲ ਤੋਂ ਦੇਖ ਲਓ, ਆ ਜਿੱਧਰੋਂ ਮਰਜ਼ੀ ਐਂਗਲ ਦੇਖ ਲਓ, ਤੈਨੂੰ ਲੱਗਣਾ ਵੀ ਅਸਲ 'ਚ ਸੇਮ ਹੀ ਉੱਧਰੋਂ ਦੇਖ ਰਿਹਾ, ਅਤੇ ਅਸਲ ਦੇ ਵਿੱਚ ਖੋਖਲਾ ਆ ਅੰਦਰੋਂ। ਜਿੱਦਾਂ ਹੁਣ ਆਹ ਦੇਖ ਲਓ, ਉਹ ਦੇਖ ਲਓ, ਤੈਨੂੰ ਲੱਗਣਾ ਤੇਰੇ ਵੱਲ ਨਾਲ ਨਾਲ ਘੁੰਮੀ ਜਾਂਦੇ ਪਏ ਸਾਰੇ ਮੂੰਹ, ਹੈਨਾ, ਹਾਂ ਸਾਰਿਆਂ ਨੂੰ ਇੱਦਾਂ ਲੱਗਦਾ। ਇਹ ਬਣਾਈ ਇਸ ਚੀਜ਼ ਦੇ ਹਿਸਾਬ ਨਾਲ, ਉਹ ਦੇਖ ਲਾ ਆਹ ਮਦਰ ਟਰੇਸਾ ਆ, ਹੁਣ ਮਦਰ ਟਰੇਸਾ ਦੇ ਹੁਣ ਇੱਧਰ ਦੇਖ ਰਹੀ ਹੈ, ਹੁਣ ਮੈਂ ਇਹਨੂੰ ਦੇਖੀ ਜਾਣਾ, ਉਹ ਦੇਖਣਾ, ਉਹ ਦੇਖਣਾ ਮਗਰ ਮਗਰ ਦੇਖੀ ਚਲੀ ਜਾਂਦੀ, ਮੇਰੇ ਦੇਖੀ ਜਾਂਦੀ ਸੁੱਖੀ ਕਿੱਥੇ ਗਿਆ, ਉਹ ਆ ਗਿਆ ਸੁੱਖੀ, ਆ ਗਿਆ ਉਹ ਸੁੱਖੀ, ਆਇਆ ਸੁੱਖੀ ਨੂੰ ਵੱਡਾ ਗਿਆ ਸੁੱਖੀ, ਉਹ ਪੀ ਲਿਆ ਨਾ ਤੂੰ ਸ਼ਰਬਤ ਪੀ ਲਿਆ ਨਾ ਵੱਡੇ ਹੋਣ ਵਾਲਾ, ਹੋ ਗਿਆ ਹੋ ਗਿਆ ਹੋ ਗਿਆ, ਲੈ ਤਾਂ ਉਹ ਛੋਟਾ ਰਹਿ ਗਿਆ, ਦਬਕਾ ਮਾਰ ਉਹਨੂੰ ਹੁਣ, ਕਹਿ ਤੂੰ ਛੋਟਾ ਰਹਿ ਗਿਆ ਮੇਰੇ ਤੋਂ, ਤੈਨੂੰ ਨਹੀਂ ਪਤਾ ਲੱਗਣਾ ਬ੍ਰੋ, ਜਗ੍ਹਾ ਬਦਲੋ, ਉਹ ਵੱਡਾ ਹੋ ਗਿਆ। ਫਾਈਨਲੀ ਆਪਾਂ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਜਿੱਥੇ ਸਭ ਤੋਂ ਜ਼ਿਆਦਾ ਟੂਰਿਸਟ ਆਉਂਦੇ ਆ, ਜਿਹਨੂੰ ਦੇਖਣ ਆਉਂਦੇ ਆ ਲੋਕ, ਉੱਥੇ ਆਲੇ ਦੁਆਲੇ ਫੋਟੋਆਂ ਖਿਚਾ ਰਹੇ ਆ, ਉਹ ਦੇਖੋ ਕਿੰਨੇ ਲੋਕ ਲੱਗੇ ਆ ਫੋਟੋਆਂ ਖਿੱਚਣ। ਅਸਲ ਦੇ ਵਿੱਚ ਇਹ ਹੈਗਾ ਜੀ ਦਰੱਖਤ, ਉਹ ਦੇਖਦਾ ਨਾ ਸਾਹਮਣੇ ਦਰੱਖਤ, ਇਹ ਦਰੱਖਤ ਜਿਹੜਾ ਆ ਪਾਣੀ ਦੇ ਵਿੱਚ ਆ, ਅਤੇ ਪਾਣੀ ਦੇ ਵਿੱਚ ਇਹਦਾ ਜਿਹੜੇ ਵਿਊਜ਼ ਆਉਂਦੇ ਆਲੇ ਦੁਆਲੇ ਦੇ, ਇਹਦੀ ਫੋਟੋਜ਼ ਆਉਂਦੀਆਂ ਬਹੁਤ ਸੋਹਣੀਆਂ ਆਉਂਦੀਆਂ, ਅਤੇ ਸਾਰੇ ਜਣੇ ਆਪਣੇ ਆਪਣੇ ਕੈਮਰੇ ਖੋਲ੍ਹ ਕੇ ਅਤੇ ਇਹਦੀਆਂ ਫੋਟੋਆਂ ਖਿੱਚ ਰਹੇ ਆ। ਇੰਨੀ ਸੋਹਣੀ ਲੇਕ ਹੋਵੇ ਅਤੇ ਆਪਾਂ ਸਵਿਮਿੰਗ ਕਰਨ ਤੋਂ ਬਿਨਾਂ ਮੁੜ ਜਾਈਏ, ਕਿੱਦਾਂ ਹੋ ਸਕਦਾ। ਅਤੇ ਸੋ ਹੇਅਰ ਆਈ ਐਮ ਅਗੇਨ ਇਨ ਦਾ ਵੋਰ, ਅਤੇ ਇਸ ਤੋਂ ਬਾਅਦ ਨਹਾ ਧੋ ਕੇ ਖਾ ਪੀ ਕੇ ਆਉਂਦੇ ਹਾਂ ਸਬਵੇ ਖਾਂਦੇ ਜਾ ਕੇ। ਲੈ ਲਓ, ਹੋ ਗਿਆ ਐਕਸੀਡੈਂਟ, ਆਪਾਂ ਤਾਂ ਲੈਣ ਦੇ ਅੰਦਰ ਪਾਰ ਕਿਆ, ਕੈਰਾਵੈਨ ਲੰਘੀ ਆ, ਉਹ ਭੰਨ ਗਈ ਆ ਯਾਰ, ਸ਼ੀਸ਼ਾ ਗਿਆ ਕਿੱਥੇ ਉਹਦਾ ਜਿਹੜਾ ਵਿੱਚ ਸੀਗਾ, ਉਹ ਨਾਲ ਹੀ ਲੈ ਗਿਆ ਕਿਤੇ, ਹੈ ਨਾ ਟੁੱਟਿਆ ਜੀ ਇੱਥੇ ਕਿਤੇ, ਇਹਨੂੰ ਹੋ ਜਾਓ, ਇਹਨੂੰ ਹੋ ਜਾਓ, ਇਹਨੂੰ ਹੋ ਜਾਓ, ਗੱਡੀਆਂ ਆਉਂਦੀਆਂ, ਆਇਓ ਦੇਖ ਕੇ ਤਾਂ ਆਈਏ, ਸ਼ੋਅ ਕਰ ਦੇਵਾਂਗੇ ਉਹਨੂੰ, ਥੱਲੇ ਡਿੱਗ ਪਿਆ, ਇਹ ਟੁੱਟਾ ਭੱਜਾ ਲਾ ਤਾਂ ਲਵਾਂਗੇ, ਓਏ ਦੇਖੀ ਭਰਾਵਾ ਪਿੱਛੇ ਗੱਡੀ ਆ, ਆ
ਮੈਂ ਕਹਿੰਦਾ ਆਪਾਂ ਸੇਫ ਨਹੀਂ ਖੜੇ ਯਾਰ ਹੈ ਇਦਾਂ ਕਰੋ ਬਹੁਤ ਜ਼ਿਆਦਾ ਉੱਤੇ ਆ ਮੇਰੀ ਗੱਲ ਸੁਣੋ ਉਹ ਡਿਟੇਲ ਲੈ ਕੇ ਆਉਂਦੇ ਉਹ ਬੀਬੀ ਆ ਗਈ ਉਤਰੀ ਇਹ ਨਾ ਖਾਣ ਪੀਣ ਚੱਲੇ ਸੀਗੇ ਸਭ ਹੋਏ ਹਜੇ ਨਿਕਲਣੇ ਲੱਗੇ ਤਾਂ ਨਹੀਂ ਥਾੜ ਦਾ ਨਹੀਂ ਵੱਜਿਆ ਸ਼ੀਸ਼ੇ 'ਚ ਲੱਗ ਗਏ ਘੇਰਾ ਪੈਣ ਲੱਗਣ ਦੇ ਸੀ ਇੱਕ ਹੋਰ ਉਹ ਤੋਂ ਵੱਜ ਗਈ ਮੇਰਾ ਤਾਂ ਉਹਦਾ ਸ਼ੀਸ਼ਾ ਵੱਜਿਆ ਸਾਡੇ ਸ਼ੀਸ਼ੇ ਦੇ ਵਿੱਚ ਕੰਮ ਹੋ ਗਿਆ ਹੁਣ ਤਾਂ ਲਾਈਸੈਂਸ ਦੀ ਫੋਟੋ ਫੋਟੋ ਖਿੱਚਦੇ ਹਾਂ ਰੁਕ ਗਈ ਆ ਮੇਰਾ ਤਾਂ ਕੁੜੀ ਆ ਪਤਾ ਨਹੀਂ ਕਿੱਥੋਂ ਦੀ ਦੇਖਦੇ ਹਾਂ ਨੰਬਰ ਪਲੇਟ ਦੀ ਲੈ ਲਓ ਮੇਰਾ ਤਾਂ ਵੀਡੀਓ ਹਾਂ ਕਿੱਥੇ ਦੀਆਂ ਇਹ ਵੀਡੀਆਂ ਉਹਦੇ ਲਾਇਸੈਂਸ ਦੀ ਫੋਟੋ ਖਿੱਚ ਲਈ ਆ ਅਤੇ ਉਹਨਾਂ ਦੀ ਇੰਸ਼ੋਰੈਂਸ ਦਾ ਪਤਾ ਕਰ ਲਿਆ ਕਿਹੜੀ ਆ ਅਤੇ ਹੁਣ ਆਪਾਂ ਇੰਸ਼ੋਰੈਂਸ ਕਲੇਮ ਕਰਾਂਗੇ ਉਹਨਾਂ ਤੋਂ ਅਸੀਂ ਆਪਣੀ ਇੰਸ਼ੋਰੈਂਸ ਵਾਲਿਆਂ ਨੂੰ ਵੀ ਦੱਸ ਦੇਣਾ ਵੈਸੇ ਇੰਸ਼ੋਰੈਂਸ ਸਾਡੀ ਫੁੱਲ ਹੋਈ ਹੋਈ ਆ ਪਰ ਸਾਨੂੰ ਤਾਂ ਕਰਾਉਣ ਦੀ ਕੁਛ ਕਰਨ ਦੀ ਲੋੜ ਨਹੀਂ ਗੀ ਉਹਨਾਂ ਦੀ ਇੰਸ਼ੋਰੈਂਸ ਹੀ ਯੂਜ਼ ਕਰਾਂਗੇ ਤਾਂ ਉਹੀ ਫਿਕਸ ਕਰਾ ਕੇ ਦੇਣਗੇ ਤਾਂ ਹੁਣ ਸਭ ਇਹ ਖਾ ਕੇ ਤਾਂ ਫਿਰ ਆਪਾਂ ਸ਼ੀਸ਼ਾ ਫਿਕਸ ਕਰਦੇ ਹਾਂ ਅਤੇ ਸ਼ੀਸ਼ਾ ਫਿਕਸ ਕਰਕੇ ਤਾਂ ਫਿਰ ਆਪਾਂ ਨਿਕਲਦੇ ਹਾਂ ਇੱਦਾਂ ਹੀ ਇਹਨੂੰ ਹੀ ਅਸੀਂ ਸੇਬੇ ਸੂਬੇ 'ਚ ਲਾ ਕੇ ਤਾਂ ਫਿਕਸ ਕਰ ਲਿਆ ਟੈਂਪਰੇਰੀਲੀ ਹੁਣ ਇੱਦਾਂ ਹੀ ਆਪਾਂ ਇਹਨਾਂ ਨੂੰ ਦੇ ਦੇਣੀ ਆ ਜਾ ਕੇ ਤਾਂ ਫਿਰ ਉਹ ਆਪੇ ਕਲੇਮ ਕਰਕੇ ਆਪੇ ਫਿਕਸ ਕਰ ਲੈਣਗੇ ਲਓ ਜੀ ਗੱਡੀ ਆ ਗਈ ਸਾਡੀ ਰਾਤ ਦਾ ਵੱਜ ਚੁੱਕਿਆ ਜੀ ਡੇਢ ਬ੍ਰਿਗਟਨ ਟਾਊਨ ਆ ਬ੍ਰਿਗਟਨ ਕ੍ਰਾਈਸਟਚਰਚ ਦੇ ਬਿਲਕੁਲ ਨਾਲ ਇੱਥੇ ਅੱਜ ਅਸੀਂ ਗੱਡੀ ਲਾਵਾਂਗੇ ਅਤੇ ਸੌਵਾਂਗੇ ਅੱਗੇ ਜਾ ਕੇ ਥੋੜ੍ਹੀ ਜਿਹੀ ਗੱਡੀ ਪਾਰਕ ਲਾਵਾਂਗੇ ਅਤੇ ਤੁਹਾਨੂੰ ਚੀਜ਼ ਦਿਖਾਉਣ ਆਏ ਅਸੀਂ ਉਸ ਸੌਣ ਤੋਂ ਪਹਿਲਾਂ ਸਵੇਰੇ ਅਸੀਂ ਸਾਡੀ ਹੈਗੀ ਆ 8:20 ਦੀ ਫਲਾਈਟ ਹੈ 5 ਵਜੇ ਉੱਠਣਾ ਪੈਣਾ ਸਾਨੂੰ ਅਤੇ ਨੈਵੀ ਸਾਨੂੰ ਛੱਡ ਕੇ ਆਊਗਾ ਫਿਰ ਅੱਜ ਉਹ ਦੇਖੋ ਤੁਹਾਨੂੰ ਪਹਿਲਾਂ ਨਾ ਪੀਅਰ ਦਿਖਾ ਕੇ ਲਾਉਣਾ ਪੀਅਰ ਆ ਇੱਥੇ ਦਿਮਾਗ ਦੇ ਲੋਡ ਪੈ ਗਿਆ ਜੀ ਦੇਖ ਤਾਂ ਕੀ ਕਹਿੰਦਾ ਇਹਨੂੰ ਕਹਿੰਦੇ PIER ਪੀਅਰ ਹੈਗਾ ਕਿ ਨਹੀਂ ਇਹਦੇ ਰੰਗ ਬਦਲਦੇ ਆ ਬਰੋ ਇਹ ਕੀ ਕਰਦਾ ਫਿਰ ਰਿਕਾਰਡ ਸੋਹਣੀ ਆਈ ਯਾਰ ਬਹੁਤ ਸੋਹਣੀ ਫੋਟੋ ਆਈ ਪਤਾ ਨਹੀਂ ਹੁਣ ਲੱਗਾ ਤੂੰ ਬੈਠਾ ਬੈਠਾ ਕੀ ਡਿੱਗੂਗਾ ਨਹੀਂ ਹਜੇ ਨਹੀਂ ਰੋਕ ਸਕਦੇ ਅੱਖਾਂ ਬੰਦ ਕਰ ਅੱਖਾਂ ਉੱਠ ਕੇ ਦਿਖਾ ਹੁਣ ਤੁਰ ਕੇ ਦਿਖਾ ਸਿੱਧੀ ਉੱਠ ਜਿੱਦਾਂ ਤੁਰ ਜਿੱਦਾਂ ਤੁਰ ਸ਼ਰਾਬੀ ਵਾਲੀ ਫੀਲਿੰਗ ਆ ਰਹੀ ਹੋਣੀ ਇਹਨੂੰ ਦੋ ਦੋ ਤਿੰਨ ਤਿੰਨ ਘੰਟਿਆਂ ਦੀ ਨੀਂਦ ਲਾ ਕੇ
ਅਸੀਂ ਆ ਗਏ ਜੀ ਕ੍ਰਾਈਸਟਚਰਚ ਏਅਰਪੋਰਟ। ਹੁਣ ਆਪਾਂ ਔਕਲੈਂਡ ਨੂੰ ਰਵਾਨਾ ਹੁੰਦੇ ਹਾਂ। ਇੱਥੋਂ ਨੈਵੀ ਸਾਨੂੰ ਛੱਡਣ ਆਇਆ ਆ, ਇਹਨੇ ਹੁਣ ਵਾਪਸ ਡੁਨੀਡਨ ਚੱਲ ਜਾਣਾ ਜਿੱਥੇ ਇਹ ਰਹਿੰਦਾ ਆ। ਸਵੇਰ ਦੇ ਕਿੰਨੇ ਵੱਜ ਗਏ? 7 ਘੰਟਾ ਪਿਆ ਅੱਜ। ਆਪਣੀ ਫਲਾਈਟ ਨੰਬਰ ਦੇਖ ਕਿੰਨਾ ਆ? ਫਿਰ ਉਦੋਂ ਤਾਂ ਚੋੜੀਆਂ ਹੋਣੀਆਂ ਆਪਾਂ ਨੂੰ ਲੱਭ ਜਾਣੀਆਂ। ਕਿੰਨੇ ਤੁਸੀਂ ਆਪਣੀ? ਜੇ ਤੁਹਾਨੂੰ ਵਲੌਗਸ ਵਧੀਆ ਲੱਗਦੇ ਆ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੇ। ਲਾਈਕ ਅਤੇ ਸਬਸਕ੍ਰਾਈਬ ਤੁਸੀਂ ਕਰ ਲਿਓ।